ਅਮਨਪ੍ਰੀਤ ਕੌਰ ਵੈਸਟਰਨ ਓਵਰਸੀਜ਼ ਤੋਂ। ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਨਿਊਜ਼ੀਲੈਂਡ ਸਟੱਡੀ ਵੀਜ਼ਾ ਦੀ ਸਟੂਡੈਂਟਸ ਦੀ ਪ੍ਰੋਫਾਈਲਸ, ਜਿਨ੍ਹਾਂ ਦਾ ਵੀਜ਼ਾ ਸਾਨੂੰ ਰਿਸੀਵ ਹੋਇਆ ਹੈ ਰੀਸੈਂਟਲੀ। ਇਹਨਾਂ ਵਿੱਚੋਂ ਜੋ ਫਰਸਟ ਪ੍ਰੋਫਾਈਲ ਹੈ ਉਹ ਹੈ ਵਿਸ਼ਾਲ ਚੌਧਰੀ ਜੀ ਦੀ। ਇਹਨਾਂ ਦਾ ਜੋ ਵੀਜ਼ਾ ਰਿਸੀਵ ਹੋਇਆ ਹੈ ਸਾਨੂੰ ਤੋਈ ਉਹ ਮਾਈ ਕਾਲਜ, ਜਿਹਦੇ ਵਿੱਚ ਇਹਨਾਂ ਦਾ ਕੈਂਪਸ ਸੀਗਾ ਰੋਟੋਰੂਆ। ਇਹਨਾਂ ਦਾ ਪ੍ਰੋਗਰਾਮ ਹੈ ਉਸ ਕਾਲਜ ਵਿੱਚ ਬੈਚਲਰ ਆਫ ਅਪਲਾਈਡ ਹੋਸਪਿਟੈਲਿਟੀ ਐਂਡ ਟੂਰਿਜ਼ਮ ਮੈਨੇਜਮੈਂਟ ਦਾ। ਅਗਰ ਮੈਂ ਇਹਨਾਂ ਦੀ ਪ੍ਰੀਵੀਅਸ ਕੁਆਲੀਫਿਕੇਸ਼ਨ ਜਾਂ ਐਜੂਕੇਸ਼ਨ ਦੀ ਗੱਲ ਕਰਾਂ ਤਾਂ ਉਹਨਾਂ ਵਿੱਚ ਇਹਨਾਂ ਨੇ 12th ਆਪਣੀ ਕਲੀਅਰ ਕੀਤੀ ਹੋਈ ਹੈ 2022 ਵਿੱਚ, ਜਿਹਦੇ ਵਿੱਚ ਇਹਨਾਂ ਦੀ ਸਟ੍ਰੀਮ ਸੀਗੀ ਕਾਮਰਸ ਸਟ੍ਰੀਮ, ਐਂਡ ਪਰਸੈਂਟੇਜ ਇਹਨਾਂ ਦੀ ਸੀਗੀ 12th ਵਿੱਚ 64%। ਅਪਾਰਟ ਫਰੋਮ ਦਿਸ, ਅਗਰ ਮੈਂ ਇਹਨਾਂ ਦੇ ਪੀਟੀ ਜਾਂ ਆਇਲਸ ਦੀ ਗੱਲ ਕਰਾਂ ਤਾਂ ਇਹਨਾਂ ਨੇ ਪੀਟੀ ਦਾ ਆਪਣਾ ਐਗਜ਼ਾਮ ਦਿੱਤਾ ਹੈ, ਜਿਹਦੇ ਵਿੱਚ ਇਹਨਾਂ ਦਾ ਸਕੋਰ ਹੈ 55, ਨੋਟ ਲੈਸ ਦੈਨ 50 ਬੈਂਡਸ ਇਨ ਈਚ ਮੋਡਿਊਲਸ। ਇਸ ਤੋਂ ਇਲਾਵਾ ਜੋ ਸਾਡੀ ਅਗਲੀ ਪ੍ਰੋਫਾਈਲ ਹੈ ਉਹ ਹੈ ਮਿਸਟਰ ਰੋਹਿਤ ਅਗਰਵਾਲ ਜੀ ਦੀ। ਇਹਨਾਂ ਦਾ ਜੋ ਵੀਜ਼ਾ ਸਾਨੂੰ ਰਿਸੀਵ ਹੋਇਆ ਹੈ ਉਹ ਹੈ ICL ਕਾਲਜ ਲਈ ਰਿਸੀਵ ਹੋਇਆ ਹੈ, ਜਿਸਦੇ ਵਿੱਚ ਇਹਨਾਂ ਦਾ ਪ੍ਰੋਗਰਾਮ ਸੀਗਾ ਮਾਸਟਰ ਆਫ ਮੈਨੇਜਮੈਂਟ ਦਾ ਲੈਵਲ 9 ਦਾ ਪ੍ਰੋਗਰਾਮ। ਅਗਰ ਮੈਂ ਇਹਨਾਂ ਦੀ ਐਜੂਕੇਸ਼ਨ ਹਿਸਟਰੀ ਜਾਂ ਵਰਕ ਐਕਸਪੀਰੀਅੰਸ ਦੀ ਗੱਲ ਕਰਾਂ ਤਾਂ ਇਹਨਾਂ ਨੇ ਆਪਣੀ MBA ਕਲੀਅਰ ਕੀਤੀ ਹੈ 2015 ਵਿੱਚ, ਜਿਹਦੇ ਵਿੱਚ ਇਹਨਾਂ ਦੀ ਪਰਸੈਂਟੇਜ ਹੈ 61%। ਉਸ ਤੋਂ ਬਾਅਦ ਇਹਨਾਂ ਦਾ ਕੰਟੀਨਿਊਸ ਵਰਕ ਐਕਸਪੀਰੀਅੰਸ ਸੀਗਾ ਰੀਸੈਂਟ ਰਿਗਾਰਡਿੰਗ ਪ੍ਰੋਫਾਈਲਸ। ਇਸ ਤੋਂ ਇਲਾਵਾ ਅਗਰ ਮੈਂ ਇਹਨਾਂ ਦੀ ਲਾਸਟ ਵਰਕ ਐਕਸਪੀਰੀਅੰਸ ਦੀ ਗੱਲ ਕਰਾਂ, ਇਹਨਾਂ ਦਾ ਜੋ ਲਾਸਟ ਵਰਕ ਐਕਸਪੀਰੀਅੰਸ ਸੀਗਾ ਉਹ ਅਕਾਊਂਟਸ ਫੀਲਡ 'ਚ ਸੀਗਾ, ਜਿਹਦੇ ਵਿੱਚ ਜੋ ਕਿ ਇਹ ਕਰ ਰਹੇ ਸੀਗੇ ਅਪ੍ਰੈਲ 2022 ਤੋਂ 2023 ਤੱਕ। ਇਸ ਤੋਂ ਬਾਅਦ ਅਗਰ ਮੈਂ ਇਹਨਾਂ ਦੇ PTE ਸਕੋਰ ਦੀ ਗੱਲ ਕਰਾਂ ਤਾਂ ਇਹਨਾਂ ਦਾ ਜੋ PTE ਸਕੋਰ ਹੈ ਉਹ ਹੈ 60, ਨੋਟ ਲੈਸ ਦੈਨ 55। ਇਸ ਤੋਂ ਇਲਾਵਾ ਅਗਰ ਤੁਸੀਂ ਵੀ ਆਪਣਾ ਨਿਊਜ਼ੀਲੈਂਡ ਦਾ ਪੜ੍ਹਨ ਜਾਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੈਸਟਰਨ ਓਵਰਸੀਜ਼ ਦੀ ਕਿਸੇ ਵੀ ਨੇੜੇ ਦੀ ਬ੍ਰਾਂਚ ਵਿੱਚ ਵਿਜ਼ਿਟ ਕਰ ਸਕਦੇ ਹੋ, ਜਾਂ ਤੁਸੀਂ ਨੀਚੇ ਲਿਖੇ ਹੋਏ ਨੰਬਰਾਂ 'ਤੇ ਕਾਲ ਕਰਕੇ ਆਪਣੀ ਕੁਐਰੀਜ਼ ਨੂੰ ਕਲੀਅਰ ਕਰ ਸਕਦੇ ਹੋ। ਥੈਂਕ ਯੂ।